ਸਿਆਣੇ ਬੰਦੇ ਤਾਂ ਇਵੇਂ ਕਹਿੰਦੇ ਗਿੰਨਣ ਵੇਲੇ 2 ਕਿਲੋ ਖਾ ਤੇ 1 ਕਿਲੋ ਗਿੰਦਣ ਸੋਹਣੇ ਸੋਹਣੇ ਗੁੱਛੇ ਸਹੀ ਹਲਿਓ ਕਾਫੀ ਮਾਫੀ ਅੱਲਾ ਹਬੀਬੀ ਐਂਤ ਕੋਈ ਮਾਫੀ ਅਸਲਾਮ ਅਲੈਕੁਮ ਕਿਆ ਹਾਲ ਹੈ ਦੋਸਤੋ ਠੀਕ ਹੋ ਤਬੀਅਤ ਸੇ ਠੀਕ ਹੈ ਮੈਂ ਤੁਹਾਡਾ ਦੋਸਤ ਰਹਿ ਸਕਬਰ ਆ ਰਹੀ ਤੁਸਾਂ ਮੇਰਾ ਯੂਟਿਊਬ ਚੈਨਲ ਦੇ ਵੇ ਖਾਲਸ ਆ ਰਹੀ ਤੇ ਅੱਜ ਦੋਸਤੋ ਬੜੀ ਜ਼ਬਰਦਸਤ ਵੀਡੀਓ ਥੀ ਵਾਲੀ ਏ ਤੇ ਤੁਸਾਂ ਸਾਡੇ ਨਾਲ ਜੁੜੇ ਰਹੋ ਤੁਸੀਂ ਕੋ ਮੁxtਲਿਫ ਕਿਸਮ ਦੇ ਪਾਰਟ ਮੁxtਲਿਫ ਕਿਸਮ ਦੇ ਜਿਹੜੇ ਨਾ ਸੀਨ ਦਿਖੇ ਸੂ ਤੇ ਇਨਸ਼ਾਅੱਲਾ ਤੁਸੀਂ ਕੋ ਮਜ਼ਾ ਆਮ ਸੇ ਤੇ ਬੜੀ ਜ਼ਬਰਦਸਤ ਜ਼ਬਰਦਸਤ ਵੀਡੀਓ ਥੀ ਵਾਲੀ ਏ ਸਹੀ ਤੇ ਤੁਸੀਂ ਕੋ ਇਨਸ਼ਾਅੱਲਾ ਬਿਹਤਰੀਨ ਖੁਸ਼ੀ ਮਿਲ ਸੇ ਤੇ ਮਜ਼ਾ ਆਉਣ ਵਾਲਾ ਤੁਸੀਂ ਕੋ ਬਲਕਿ ਮਜ਼ਾ ਆਮ ਸੇ ਇਨਸ਼ਾਅੱਲਾ ਪੂਰੀ ਵੀਡੀਓ ਦੇਖ ਸੋ ਤੇ ਇਹ ਬੜਾ ਖੂਬਸੂਰਤ ਸਮਝੋ ਚੌਕ ਇਹਦੇ ਸਹੀ ਤੇ ਇਹ ਬਾਗ ਇਹ ਨਾਲ ਖੱਜਾਂ ਵੀ ਲੱਗੀਆਂ ਖੜੀਆਂ ਨੇ ਤੇ ਦੋਸਤੋ ਖੂਬਸੂਰਤੀ ਬੜੀ ਹੈ ਇਹ ਬਹੁਤ ਜ਼ਿਆਦਾ ਇਹ ਕਮੈਂਟ ਜ਼ਰੂਰ ਦੱਸਿਆ ਸਮਝੋ ਵੀ ਇਹ ਖੂਬਸੂਰਤੀ ਕਿਵੇਂ ਲੱਗੀ ਹੈ ਤੁਸੀਂ ਮੇਰੇ ਕੋਲ ਬੜੀ ਅੱਛੀ ਲੱਗੀ ਹੈ ਇਹ ਜਿਹੜੇ ਅੰਬੇ ਦੇ ਦਰਖਤ ਇਹਨਾਂ ਤਲੋਂ ਤੁਹਾਨੂੰ ਛਾਂਡੀਆਂ ਖੜੇ ਤੇ ਬੜੇ ਖੂਬਸੂਰਤ ਲੱਗਦੇ ਖੜੇ ਮੈਂ ਕਿਹਾ ਮੇਰੇ ਨਜ਼ਾਰਾ ਦੋਸਤ ਹੈ ਕੋਈ ਪਰਵਾਹ ਕੀ ਨਾ ਬੜਾ ਜ਼ਬਰਦਸਤ ਹੈ ਬੜਾ ਜ਼ਬਰਦਸਤ ਹੁਣ ਦੇਖੋ ਕਿਵੇਂ ਸੀਨ ਲੱਗਦਾ ਪਿਆ ਹਾਏ ਹਾਏ ਕਮਾਲ ਖੂਬਸੂਰਤ ਖੂਬਸੂਰਤ ਬੜੀ ਖੁਸ਼ੀ ਥਈ ਹੈ ਉਹਨਾਂ ਦੇ ਵਾਲੇ ਸਾਹਿਬ ਮਿਲੇ ਉਹਨਾਂ ਦਾ ਹਾਲ ਹਵਾਲ ਕੀਤੇ ਸੀ ਗੱਪਸ਼ਪ ਕੀਤੇ ਸੀ ਤੇ ਬੜਾ ਮਜ਼ਾ ਆਏ ਗੁਜ਼ਰ ਗਏ ਤੇ ਇਹ ਮੇਰੇ ਸਕੂਨ ਦਿਖਵੇਂਦਾ ਪਿਆ ਮੇਰੇ ਦੋਸਤ ਕਲਾਸ ਫੈਲੋ ਅਸਲਾਮ ਅਲੈਕੁਮ ਹਾਂ ਸਿੰਘ ਕਿਆ ਹਾਲ ਹੈ ਮਲਿਕ ਸਾਹਿਬ ਠੀਕ ਹੋ ਅੱਜ ਠੇਕਰ ਸੇ ਬਾਅਦ ਮਿਲ ਤੇ ਕਿਵੇਂ ਲੱਗੇ ਸਕੂ ਬਿਹਤਰੀਨ ਸੀ ਬਿਹਤਰੀਨ ਤੇ ਹੁਣ ਤੂੰ ਲੱਗਦਾ ਤਾਂ ਚਾਚਾ ਬੈਠੀ ਤੇ ਉਹ ਆਖਦੇ ਸੀ ਚਾਚਾ ਤੇਰਾ ਕਲਾਸ ਫੈਲੇ ਚਾਚਾ ਤੇ ਚਾਚਾ ਸਹੀ ਹਾਂ ਤੇ ਇਹ ਉਹ ਲੱਗਦਾ ਚਾਚਾ ਬੈਠੇ ਤੇ ਹਾਂ ਜਵਾਨ ਇਹ ਉਹ ਸਿਰ ਦੇ ਵਾਲ ਲੈ ਗਏ ਤੇ ਦਾੜੀ ਰਖਵਾਈ ਵਧੇ ਮਾਸ਼ਾਅੱਲਾ ਅਚਾਨਕ ਵਾਲਾ ਖਿਦਮਤ ਅਚਾਨਕ ਮੈਂ ਆਇਆ ਤੇ ਵਾਲਾ ਅਚਾਨਕ ਖਾਣਾ ਸ਼ਾਣਾ ਚਾਏ ਆਏ ਹੈ ਲੱਸੀ ਮਜ਼ੇਦਾਰ ਸਹੀ ਪਕੌੜੇ ਸ਼ਕੌੜੇ ਹਨ ਨਾਲ ਸਾਲਣ ਵੀ ਹਨ ਤੇ ਆਦੇ ਖਾਣਾ ਖਾਓ ਇਕੱਠੇ ਤੇ ਅੱਜ ਇਕੱਠੇ ਖਾਣਾ ਖਾਂਦੇ ਪਿਉ ਦੋਸਤ ਨਾਲ ਅੱਲਾ ਪਾਕ ਕਰਮ ਕੀਤੇ ਤੇ ਦੁਆ ਕਰੇ ਤੋ ਅੱਲਾ ਪਾਕ ਮੇਰੇ ਦੋਸਤ ਰਿਸਕ ਵਿੱਚ ਬਰਕਤ ਦੇਵੇ ਦੋਸਤੋ ਤਕਰੀਬਨ 3:30 ਦਾ ਟਾਈਮ ਹੈ ਮੈਂ ਇੱਥੇ ਜ਼ਮੀਨ ਤੇ ਆਇਆ ਇਹ ਸਬਜ਼ੀ ਰਦੀ ਖੜੀ ਹੈ ਤੇ ਇਹ ਸੋਲਰ ਦਾ ਪਾਣੀ ਜਿਹੜਾ ਨਾ ਇਹ ਆਉਂਦਾ ਪਏ ਇੱਥਾਂ ਬਿਲਕੁਲ ਸਫੈਦ ਹੈ ਤੇ ਅੱਗੋਂ ਤੁਸੀਂ ਕੁੜੀ ਖੇਣੂ ਆਉਂਦਾ ਰੰਗ ਲਾਲ ਥੀ ਵੈਸੇ ਜੇ ਵੀ ਅਸਾਂ ਜ਼ਿੰਕ ਦਾ ਡਰਮ ਬੜੇ ਹੀ ਖਣੂ ਜ਼ਿੰਕ ਬਈ ਤੇ ਯੂਰੀਆ ਬਈ ਮੇਰੇ ਲਈ ਖੜੂ ਗਏ ਇਹ ਸਾਹਮਣੇ ਜਿਹੜਾ ਨਾ ਫਲੱਡ ਕਰਦੇ ਪਿਉ ਕਪਾਹ ਦੇ ਅੰਦਰ ਉਹ ਸਾਹਮਣੇ ਆਉਂਦੇ ਦਰਮਿਆਂ ਪੈਂਥੀਆਂ ਬਰੋਟੇ ਦੇ ਅੰਦਰ ਰਹੇ ਯੂਰੀਆ ਵੀ ਹੈ ਟਾਰਗੇਟ ਕੰਪਨੀ ਦਾ ਮਾਰ ਕਰ ਰਹੇ ਇਹ ਮਿਲਾ ਤੇ ਛੱਟੇ ਸੇ ਇਹ ਪਾਣੀ ਸਫੈਦ ਸਫੈਦ ਅੰਦਰ ਪਏ ਤੇ ਇਹ ਦੇਖੋ ਸਰ ਇਹ ਮਾਰ ਕਰਨ ਨਾਲ ਇਹ ਕਲਰ ਥੀਂਦਾ ਰਹਿੰਦਾ ਪਏ ਇਹ ਕਲਰ ਜ਼ਿੰਕ ਹੈ ਨਾ ਸਾਈ ਹੁੰਦਾ ਇਹ ਕਲਰ ਥੀ ਹੁੰਦੇ ਬਗ ਬਗ ਕੀਤੀ ਪਏ ਪਾਣੀ ਸਾਈ ਦੇਖੋ ਇਹ ਵੇਂਦਾ ਪਏ ਇਹਨਾਂ ਦੇ ਵਿੱਚ ਖਿੱਲੇ ਦੇ ਅੰਦਰ ਇਹ ਕਪਾਹ ਦੀ ਪੋਜੀਸ਼ਨ ਹੈ ਤੁਸੀਂ ਦੱਸਾ ਸੋ ਜੇ ਵੀ ਅਸਾਂ DAP ਪਾਤੇ ਸੀ ਯੂਰੀਆ ਅਤੇ ਜ਼ਿੰਕ ਵੀ ਹੁਣ ਲੁੜੇਂਦੇ ਪਏ ਸੀ ਫਲੱਡ ਕੀਤੇ ਸੀ ਅਤੇ ਵਲਾ ਜਿਹੜੇ ਦੋਸਤ ਜ਼ਰਾਤ ਨਾਲ ਰਿਲੇਟਡ ਨੇ ਉਹ ਦੱਸਣ ਜੋ ਵੀ ਵਲਾ ਇਹਦੇ ਅੰਦਰ ਵੀ ਆ ਕਿਆ ਪਾਉਂ ਸਾਡੇ ਇਲਾਕੇ ਸਹੀ ਅੰਧਾਰੀ ਆ ਗਈ ਹੈ ਅਤੇ ਅੰਧਾਰੀ ਦਾ ਇਹ ਮਾਹੌਲ ਦੇ ਪਿਓ
ਗਰਮੀ ਜ਼ੋਰ ਦੀ ਮਲੰਗੀ ਸਾਹਿਬ ਪਰੇਸ਼ਾਨ ਆ ਕਮੀਜ਼ ਲਾਤੀ ਕੜਾ ਦਮ ਦਵਦਾ ਹੁਣ ਅੱਲਾ ਸੀ ਕਿਵੇਂ ਸੀ ਵਲਾ ਮਾਸਮ ਪਿਆਰਾ ਕਰ ਦਿੱਤੇ ਸਾਈ ਬਹੁਤ ਪਿਆਰਾ ਮਾਸਮ ਆਏ ਹਾਏ ਹੁਣ ਫੁੱਲਾਂ ਧਾਰੀ ਅਸੀਂ ਹਵਾ ਸ਼ਵਾ ਬਿਲਕੁਲ ਤੇਜ਼ ਹੈ ਮਿੱਟੀ ਮਿੱਟੀ ਹੈ ਚਿਧਾਰੂ ਬਲਕਿ ਮਿੱਟੀ ਹੁਣ ਹਲਕੀ ਥੀ ਗਈ ਹੈ ਤੇ ਹਾਂ ਠਾਰ ਮਾਹੌਲ ਬਣ ਗਿਆ ਸੀ ਅਸਾਂ ਫੈਮਲੀ ਜਿਹੜਾ ਨਾ ਇੱਕ ਸਾਡੇ ਨਾਲ ਆਸ ਪਾਸ ਇੱਕ ਗਾਓ ਹੈ ਅਤੇ ਉਹ ਗਾਓ ਦੇ ਅੰਦਰ ਆਏ ਸੇ ਅਤੇ ਕੋਈ ਗਾਓ ਦਾ ਥੋੜ੍ਹਾ ਜਿਹਾ ਇਵੇਂ ਪਾਰਟ ਮਾਹੌਲ ਲਿਖਾ ਰਹੇ ਨੂੰ ਇਹ ਦੇਖੋ ਕਿਤਨੀ ਖੂਬਸੂਰਤ ਹੈ ਸਾਦਾ ਜਿਹਾ ਬਿਲਕੁਲ ਗਾਓ ਹੈ ਅਤੇ ਸਾਦੇ ਜਿਹੇ ਮਕਾਨ ਹਨ ਪੁਰਾਣੇ ਕੱਚੇ ਜਿਵੇਂ ਹੁੰਦੇ ਹਨ ਅਤੇ ਬੜਾ ਮੇਰੇ ਕੋਲ ਅੱਛਾ ਲੱਗੇ ਅਤੇ ਇੱਥਾਂ ਮੇਰੇ ਵਿਊਵਰ ਮਿਲ ਗਏ ਹਨ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਹਾਂ ਸੀ ਕਿਆ ਹਾਲ ਹੈ ਰਹਿਸ ਠੀਕ ਸੀ ਦੁਆ ਅੱਲਾ ਦਾ ਸ਼ੁਕਰ ਹੈ ਠੀਕ ਠਾਕ ਅੱਲਾ ਦੀ ਰਹਿਮਤ ਹੈ ਮਾਸ਼ਾ ਅੱਲਾ ਕਿਆ ਨਾਂ ਹੈ ਤੁਹਾਡਾ ਮੇਰਾ ਨਾਂ ਸੀ ਮੁਹੰਮਦ ਜਮੀਲ ਵਾਹ ਜੀ ਵਾਹ ਅਤੇ ਬੀਆ ਇਹ ਮੇਰਾ ਫੈਨ ਹੈ ਸੀ ਤੁਹਾਡਾ ਕਿਆ ਨਾਂ ਹੈ ਸੀ ਮੁਹੰਮਦ ਆਸਿਮ ਸੀ ਹਾਂ ਮੁਹੰਮਦ ਆਸਿਮ ਕਿਹੜੀ ਜਗ੍ਹਾ ਤੋਂ ਆਇਆ ਸੀ ਖਾਨ ਮਲੇ ਤੋਂ ਖਾਨ ਮਲੇ ਤੋਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹਾਂ ਜਾਨੀ ਕਿਆ ਹਾਲ ਹੈ ਤੁਹਾਡਾ ਠੀਕ ਜਾਨੀ ਤਬੀਅਤ ਕਿਵੇਂ ਹੈ ਤੇਰੀ ਅੱਲਾ ਦਾ ਕਰਮ ਹੈ ਜਾਨੀ ਅਤੇ ਇਹ ਬੰਦਾ ਦੋਸਤੋ ਬੜਾ ਟੈਲੈਂਟ ਵਾਲਾ ਹੈ ਅਤੇ ਇਹ ਤੁਸੀਂ ਆਪਣਾ ਟੈਲੈਂਟ ਜਿਹੜਾ ਦਿਖਵੈਂਦਾ ਪਏ ਅਤੇ ਇਨਸ਼ਾਅੱਲਾ ਤੁਸੀਂ ਖੁਸ਼ ਥੀ ਸੋ ਹੈਲੋ ਕਾਫੀ ਮਾਫੀ ਅੱਲਾ ਹਬੀਬੀ ਹੈ ਕੋਈ ਮਾਫੀ ਹਲ ਹਬੀਬ ਕੇ ਦਾ ਹਿਤ ਅੱਲਾ ਸ਼ਵਰੀਬ ਅੱਲਾ ਹਬੀਬ ਕਾਲੀਨ ਯਾਰ ਇਕਨ ਤੇ ਅੱਲਾ ਨਾਸਤਾ ਕੀ ਹਾਲ ਦੇ ਬੈਠੇ ਸੀ ਸਭ ਸਮਝਦੇ ਨਹੀਂ ਬੈਠੇ ਤੇ ਇਹ ਜਿਵੇਂ ਤੁਸੀਂ ਜਾਣਦੇ ਵੇ ਇਹ ਰੈਸ ਸ਼ਕੀਲ ਅਹਿਮਦ ਮੇਰਾ ਬੜਾ ਫੈਨ ਹੈ ਵੇ ਸਹੀਂ ਇਹਦੇ ਨਾਲ ਵੀ ਮਾਸ਼ਾਅੱਲਾ ਮੁਲਾਕਾਤ ਥਈ ਹੈ ਜੀ ਅਸੀਂ ਦੋਸਤੋ ਅਲਹਮਦੁਲਿਲਾ ਸੀ ਇਹ ਸਾਰੇ ਵੀਵਰ ਹਨ ਸੀ ਵੀਵਰ ਤਾਂ ਸਾਥੀ ਕੋ ਸੀ ਤੇ ਇਹ ਮਾਸ਼ਾਅੱਲਾ ਇਹ ਤਾਮ ਸ਼ਾਮ ਆਇਆ ਕਿ ਸਾਹਮਣੇ ਸਹੀਂ ਤੇ ਇਹ ਤਾਮ ਅਸਾਂ ਤਾਂ ਘੱਟ ਖਮਸੂ ਲੇਕਿਨ ਇਹ ਬੰਦਾ ਜ਼ਿਆਦਾ ਖਮਸਵੇ ਰੋਟੀ ਘੱਟ ਖਾਂਦੇ ਤੇ ਭਾਜੀ ਜ਼ਿਆਦਾ ਖਾਂਦੇ ਦੇਖੋ ਸਹੀ ਇਹ ਪਿਆਰਾ ਮੌਸਮ ਬਾਦਲ ਬਿਲਕੁਲ ਛਾ ਗਏ ਸਹੀ ਤੇ ਇਨਸ਼ਾਅੱਲਾ ਅੱਲਾ ਕਰੇ ਜਬੀ ਰਹਿਮਤ ਦੀ ਬਾਰਿਸ਼ ਥੀ ਵਜੇ ਫਸਲਾਂ ਕੋਈ ਫਾਇਦਾ ਥੀ ਸੇ ਖੁਸ਼ਕ ਸਾਲੀ ਹੈ ਜਿਹੜੀ ਉਹ ਹੀ ਹਾਏ ਹਾਏ ਹਰਾ ਭਰਾ ਮਾਹੌਲ ਥੀ ਵੈਸੇ ਦੋਸਤੋ ਫੈਨਲੀ ਜਾਣਾ ਅੰਗੂਰਾਂ ਦੇ ਬਾਗ ਦੇ ਅੰਦਰ ਇੰਟਰ ਥੀ ਗਿਉਂ ਬਲਕਿ ਇੰਟਰ ਥੀ ਵਣਾ ਲੈ ਸੇ ਇਹ ਸਾਹਮਣੇ ਸੇ ਕੋ ਨਜ਼ਰ ਦਾ ਪਏ ਅਤੇ ਤਾਜ਼ੇ ਤਾਜ਼ੇ ਪੱਕੇ ਪੱਕੇ ਅੰਗੂਰ ਤੁੜੇ ਨੂੰ ਲੱਥ ਸੇ ਕੋ ਲਿਖੇ ਨੂੰ ਅੰਗੂਰ ਕਿਵੇਂ ਲੱਗੇ ਖੜੇ ਤਾਂ ਕਿਵੇਂ ਤੁੜੀਂਦੇ ਨੇ ਅਤੇ ਮਜ਼ੇ ਮਜ਼ੇ ਨਾਲ ਅਸਾਂ ਖਮਸੂ ਜੈਂ ਦੋਸਤ ਖਾਣੇ ਹੋਵਣ ਤਾਂ ਰਾਬਤਾ ਕਰਦੇ ਆਵੇ ਜ਼ਰੂਰ ਖਵੇ ਸੂ ਕਿਵੇਂ ਬਾਈ ਜਾਨ ਇਹ ਕਿਵੇਂ ਦਿੰਦੇ ਬੈਠੋ ਸਹੀ ਅੰਗੂਰ ਸਾਢੇ ਤਰੇ ਸੌ ਰੁਪਏ ਕਿਲੋ ਸੀ ਇਹ ਡਿੱਠੇ ਵੇ ਇਹ ਜਿਹੜੇ ਇਵੇਂ ਰੱਖੇ ਨਾ ਆਏ ਹਾਏ ਹਾਂ ਠਾਰੇ ਅਤੇ ਇਹ ਤੁਸੀਂ ਕੋਈ ਵਾਲਾ ਤਾਜ਼ੇ ਤੁੜੇ ਨੇ ਸਹੀ ਅਤੇ ਤੁਸੀਂ ਕੋਈ ਲਿਖਵਾਏ ਨੂੰ ਸਹੀ ਇਹ ਚਾਚਾ ਲਿਖੇਂਦਾ ਪਏ ਸਹੀ ਹਾਂ ਆਏ ਹਾਏ ਆਏ ਹਾਏ ਕਮਾਲ ਸਹੀ ਪਾਕਿਸਤਾਨ ਸਿੱਧੇ ਸੀ ਥੋੜ੍ਹਾ ਟਾਈਮ ਲੱਗਦਾ ਸੀ ਆਏ ਹਾਏ ਇਹ ਮਾਸ਼ਾਅੱਲਾ ਸੀ ਇਹ ਬਾਗ ਹੈ ਵੇ ਹਾਂ ਸੀ ਦਿਖਾ ਹਾਂ ਸੀ ਕਿਹੜਾ ਤੋੜੇ ਦਾ ਪੀ ਮਿੱਠਾ ਮਿੱਠਾ ਹੋਵੇ ਜਿਹੜਾ ਤੋੜੇ ਇਹ ਖੜ 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 ਅਸਾਂ ਕੁਝ ਚੱਖਾਂ ਡੇ ਚੈੱਕ ਕਰ ਗਏ ਛੋਟਾ ਛੋਟਾ ਹੋਵੇ ਤੇ ਅੱਧ ਪਾਤ ਹੋਵੇ ਮਿੱਠਾ ਥੋੜ੍ਹਾ ਖੱਟਾ ਜਿਵੇਂ ਇਹ ਪੀਲੇ ਬੜਾ ਦੇ ਇਹ ਪੱਕਾ ਪੱਕਾ ਬਿਲਕੁਲ ਪੱਕਾ ਮਾਲ ਹੋਵੇ
ਇਹ ਕਟਰ ਨਾਲ ਕਟਿੰਦਾ ਪਵੇ ਹਾਏ ਹਾਏ ਕਟਰ ਦਾ ਮਾਸ਼ਾਅੱਲਾ ਸੀ ਇਹ ਜੀ ਕਟਰ ਹੈ ਜੋ ਇੱਥੇ ਦੇ ਰੰਗਲ ਕੱਟ ਗਿਆ ਥੋੜਾ ਅੱਗੇ ਦੱਸੋ ਇਹ ਦੋਸਤੋ ਇਹ ਸਕੁੱਤਲੂ ਦਿਖਦੇ ਪੈਸੇ ਇਹ ਦੇਖੋ ਤਲੂ ਦਾ ਮਾਹੌਲ ਅੰਗੂਰ ਮਾਸ਼ਾਅੱਲਾ ਕਿਵੇਂ ਲਟਕਿਆ ਖੜੇ ਹਾਏ ਹਾਏ ਆ ਤਲੂ ਵੀ ਜੋ ਇਹ ਦੇਖ ਨਹੀਂ ਬੈਠ ਇਹ ਦੇਖੋ ਸੋਹਣੇ ਸੋਹਣੇ ਗੁੱਛੇ ਸਹੀ ਬੜੇ ਖੂਬਸੂਰਤ ਲੱਗਦੇ ਪੈਣ ਵੇ ਦੇਖੋ ਪਿਆਰੇ ਪਿਆਰੇ ਸੀ ਹਾਏ ਹਾਏ ਕਿਵੇਂ ਜ਼ਿਆਦਾ ਨਾ ਖਾਓ ਸਾਫ਼ ਕਰ ਦੇਖੋ ਮੈਂ ਜਿਹੜਾ ਨਾ ਇਹ ਪਸੰਦ ਕੀਤਾ ਮੈਂ ਇਹ ਹਸਨ ਸਾਹਿਬ ਪਸੰਦ ਕੀਤਾ ਸਹੀ ਹਾਏ ਹਾਏ ਕਮਾਲ ਸੀ ਇਹ ਇਹ ਗੁੱਛਾ ਸਹੀ ਇਹ ਮੇਰਾ ਹੈ ਸਹੀ ਮਤਣਾ ਖੋਇਨੇ ਦਾ ਇਹ ਮੇਰਾ ਹੈ ਹਾਏ ਹਾਏ ਇਹ ਪੀਲਾ ਹਾਏ ਹਾਏ ਤੇ ਇਹ ਰੱਤਾ ਦੇ ਮਿੱਠਾ ਹਾਏ ਹਾਏ ਬੜਾ ਮਜ਼ਾ ਆਉਂਦਾ ਪੇ ਹਸਨ ਸਾਹਿਬ ਨਾਲ ਹੈ ਸਹੀ ਤੁਫੈਲ ਸਾਹਿਬ ਵੀ ਨਾਲ ਹੈ ਸਹੀ ਤੁਫੈਲ ਸਾਹਿਬ ਇਹ ਅੰਗੂਰੇ ਦਾ ਬਾਗ ਦੇਖ ਤਾਂ ਕਿਵੇਂ ਲੱਗਦਾ ਪੇ ਸਹੀ ਲੱਗਦਾ ਪੇ ਹਾਏ ਹਾਏ ਤੂੰ ਸੱਜੀ ਮੈਂ ਕੋ ਆਪਣਾ ਕੰਮ ਕਰਾਂ ਲੈ ਹਾਲੀ ਹਾਏ ਹਾਏ ਇਹ ਕਿਤਨੀ ਕਟਿੰਗ ਕਰ ਗਿੰਦੀ ਨਹੀਂ ਹੈ ਸੀ ਪੰਜ ਮਾਨ ਮਾਸ਼ਾਅੱਲਾ ਮਾਸ਼ਾਅੱਲਾ ਇਹ ਕਿੱਥਾ ਸੇਲ ਕਰਦੇ ਵੇ ਖਾਨਪੁਰ ਮੰਡੀ ਤੇ ਜੀ ਅੱਛਾ ਅੱਛਾ ਇੱਥਾਂ ਵੀ ਸੇਲ ਥਿੰਦੇ ਪਿਆਜ਼ ਛੁੱਟ ਕੀ ਜੀ ਜੀ ਚਲੋ ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਦੋਸਤੋ ਇਹ ਕਿਵੇਂ ਕਿਵੇਂ ਅੰਗੂਰ ਲੱਗੇ ਪੈਣ ਸਹੀ ਇਹ ਦੇਖੋ ਮਾਸ਼ਾਅੱਲਾ 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 ਇਹ ਦੇਖੋ ਦੋਸਤੋ ਬੜਾ ਅੱਛਾ ਲੱਗੇ ਕਿਉਂਕਿ ਪਹਿਲੇ ਵੀ ਵੀਡੀਓ ਤੁਸੀਂ ਜਿਹੜੇ ਲੋਕ ਡਿੱਠੇ ਨੇ ਤੇ ਮੈਂ ਤੁਹਾਨੂੰ ਦਿਖਾਇਆ ਹਾਂ ਇਹ ਬੂਰ ਕੀਤੀ ਖੜੇ ਹਨ ਤੇ ਇਹ ਪੱਕੇ ਖੜੇ ਨੇ ਤੇ ਇਹ ਦੇਖੋ ਕਿਵੇਂ ਕਿਵੇਂ ਹਨ ਸੀ ਮਾਸ਼ਾਅੱਲਾ ਬੜੇ ਖੂਬਸੂਰਤ ਲੱਗਦੇ ਪੈਣ ਹਾਏ ਹਾਏ ਕਮਾਲ ਸਹੀ ਇਹ ਦੇਖੋ ਅਸੀਂ ਹਾਂ ਠਾਰ ਸਹੀ ਹਾਂ ਠਾਰ ਸਹੀ ਇੰਨਾ ਲਾਲ ਚੁਗਦੇ ਵਦੇ ਸੇ ਖੰਦੇ ਵਦੇ ਸੇ ਇਹ ਬਾਸ਼ਕ ਦੇ ਵੇ ਸਹੀ ਸਾਖੋ ਇਜਾਜ਼ਤ ਗੰਦ ਇਹ ਮਿੱਠਾ ਡਾਢਾ ਹਿੰਦ ਨਾਲ ਵੀ ਆ ਕੋ ਪੱਕਾ ਖੜਾ ਹੋਵੇ ਤਾਂ ਉਹ ਕਰੋ ਤਾਂ ਠੀਕ ਨਾ ਵੇਸਨ ਨਾ ਨਾ ਜਿਹੜਾ ਕੁਛ ਸੀ ਆਪ ਅੰਦਰ ਦੀ ਵਿੱਚ ਅੱਛਾ ਹਾਂ ਹਾਂ ਤੇ ਇਹ ਖੜੇ ਨਹੀਂ ਹਾਏ 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 ਮਜ਼ਾ 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 ਹਾਂ ਇੱਕ ਕੱਪ ਇਹ ਭਜਨ ਇੱਕ ਕੱਪ ਇਹ ਇਹ ਖੜ ਖੜ ਚੱਖੋ ਤਾਂ ਸਹੀ ਹਾਂ ਚੱਖ ਥੋੜਾ ਖੱਟਾ ਤਾਂ ਹੈ ਆਏ ਹਾਏ ਤਲੂ ਲੜਕੇ ਕਾ ਜੀ ਆਸੀ ਤਾਂ ਬਾਤ ਤੀ ਹੈ ਨਹੀਂ ਤਲੂ ਸਹੀ ਅੱਛਾ ਠੀਕ ਹੈ ਕੱਟ ਦੇਵੇ ਜੁਲਦੇ ਪਿਓ ਵਾਲਾ ਜ਼ਬਰਦਸਤ ਜ਼ਬਰਦਸਤ ਤੇ ਇਹ ਬੜਾ ਮਾਸ਼ਾਅੱਲਾ ਪਿਆਰਾ ਹੈ ਬੜਾ ਖੂਬਸੂਰਤ ਹੈ ਤਸਵੀਰਾਂ ਦਾ ਛਿਪਿਆ ਨਾ ਚੱਗ ਨਾ ਉਹ ਕੱਪੜੇ ਖਰਾਬ ਹੋ ਗਏ ਨੇ ਇਹ ਵਿਊ ਦੇਖੋ ਸੀ ਬੜਾ ਖੂਬਸੂਰਤ ਵਿਊ ਹੈ ਸੀ ਮੇਰੇ ਤਾਂ ਕੰਮ ਖਰਾਬ ਤੇ
ਵਜ਼ਨ ਥਿੰਦਾ ਪਿਆ ਸੀ। ਇਹ ਕਿਤਨੇ ਕਿਲੋ ਆ ਗਿਆ ਸੀ? 2 ਕਿਲੋ। ਹਾਂ 2 ਕਿਲੋ। ਮਾਸ਼ਾਅੱਲਾ ਲੱਗਦਾ ਡਿੱਗ ਪਏ। ਇਹ ਹਾਉ ਲੈਣ ਕਿਉਂ ਪਾਣੀ ਸ਼ਾਣੀ ਕਹਿਣ ਦਿੰਦੇ? ਕਿਆ ਬਹੁਤ ਪਾਣੀ ਦਿੰਦੇ ਵਲਾ ਕਿਉਂ ਵਜ਼ਨ ਤਾਂ ਪੱਗੇ ਵਜ਼ਨ ਠੀਕ ਹੈ। ਅੰਗੂਰ ਚੇਂਦੇ ਪੀਓ ਪੈਸੇ ਦਿੱਤੇ ਸੇ ਤੇ ਭਾਈ ਜਾਨ ਰਿਆਇਤ ਕਰੇਂਜੇ ਕਰੇਂਜੇ ਬਚ ਗਏ ਦੀ ਮਿਹਰਬਾਨੀ ਹੈ। ਮਾਸ਼ਾਅੱਲਾ ਸਾਡੀ ਰੈਸਪੈਕਟ ਕਿਤੇ ਨੇ ਤੇ ਇਨਸ਼ਾਅੱਲਾ ਅੱਧ ਜਿਹੜੀ ਵੀਡੀਓ ਨਾ ਸਭ ਅੱਛੀ ਲੱਗੀ ਉਸੇ। ਅਗਰ ਜਿਹੜੇ ਲੋਕ ਅੱਛੀ ਲੱਗੀ ਹੈ ਤਾਂ ਉਹ ਸਾਡੇ ਚੈਨਲ ਕੋ ਜਿਹੜੇ ਸਬਸਕ੍ਰਾਈਬ ਕਰਨੀ ਕਿਤੇ ਜਲਦੀ ਸਬਸਕ੍ਰਾਈਬ ਕਰਨ, ਵੀਡੀਓ ਕੋ ਸ਼ੇਅਰ ਕਰਨ, ਕਮੈਂਟ ਸੱਚ ਆਪਣੀ ਰਾਇ ਦਾ ਇਜ਼ਹਾਰ ਕਰਨ ਤੇ ਵੱਲ ਇਨਸ਼ਾਅੱਲਾ ਮੁਲਾਕਾਤ ਇਸੇ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।